میرا اللہ سیدہ سلام اللہ علیہ دی عزت و عظمت صدقہ حاضرین دے بچوں دی زندگی دراز، وہ بندہ آمین آکھے جڑا اللہ اور چودھاں دا محتاج، مالک جو حاضر بیٹھے سین دا صدقہ گناہ معاف فرما، بانی مجلس سید صفدر حسین شاہ صاحب قبلہ دے خاندان دے تمام مرحومین دے اللہ درجات بلند فرما، شاہ صاحب انہاں دے بچیاں دی زندگی دراز فرما، اہل خانہ دے نیک حاجات منظور و مقبول فرما، علی ولی اللہ پڑھن والے عزاداراں دا تحفظ فرما، حجت خدا امام زمان دا جلد ظہور فرما، اللہم پڑھو صلوات، صلوات پڑھو بلند آواز نال، اللہ سلامت مولا عزت اچھی پڑھو صلوات آندھی بھی ہے، ایسی صلوات پڑھو مشہد امام رضا بادشاہ دا حرم پاک یاد آ جائے، لا حول ولا قوت الا باللہ العلی العظیم، بسم اللہ الرحمن الرحیم، صلوات الحمد للہ رب العالمین، متاقین والجنات المؤمنین، والنار للکافرین والمنافقین، الصلاة والسلام على رسول الكريم أبي القاسم محمد، أما بعد، قال الله تعالى في حديث قدسی، بسم اللہ الرحمن الرحیم، کنت کنزا مخفیا فأببت ان عرفا فخلقت خلقا سلوا، ایک ایسی صلوات پڑھو اللہ گناہ معاف فرما، میرے واجب الاحترام میرے عزت والے سامعین، جس انسان دا دماغ ٹھیک ہو سی اس بندے دا کوئی نہ کوئی مذہب ہو سی،
ਸਿਰ ਉਹਦਾ ਹੱਲੇ ਜਿਹਦੀ ਜ਼ਬਾਨ ਨਾ ਹੋਵੇ, ਜਿਹਦੀ ਜ਼ਬਾਨ ਹੋਈ ਤੇ ਉਹ ਸਿਰ ਲੈ ਤਾ ਤੇ ਇਨਸ਼ਾ ਅੱਲਾਹ ਹਲੈਂਦਾ ਸਿਰ ਰਸ। ਜਿਸ ਇਨਸਾਨ ਦਾ ਦਿਮਾਗ ਠੀਕ ਹੋ ਸੀ ਉਸ ਬੰਦੇ ਦਾ ਕੋਈ ਨਾ ਕੋਈ ਮਜ਼ਹਬ ਹੋ ਸੀ। ਸਮਝ ਆ ਰਹੀ ਗੁਜ਼ਾਰਿਸ਼? ਦਿਮਾਗ ਠੀਕ ਹੈ ਮੁਸਲਮਾਨ, ਦਿਮਾਗ ਠੀਕ ਹੈ ਹਿੰਦੂ, ਦਿਮਾਗ ਠੀਕ ਹੈ ਸਿੱਖ, ਦਿਮਾਗ ਠੀਕ ਹੈ ਕ੍ਰਿਸ਼ਚੀਅਨ ਯਾਨੀ ਈਸਾਈ, ਕਿਸੇ ਨਾ ਕਿਸੇ ਮਜ਼ਹਬ ਨਾਲ ਉਸਦਾ ਤਾਲੁਕ ਵਾਸਤਾ ਹੋ ਸੀ ਉਸ ਬੰਦੇ ਦਾ, ਜਿਸ ਇਨਸਾਨ ਦਾ ਦਿਮਾਗ ਠੀਕ ਹੋ ਸੀ। ਇਹ ਹੁਣ ਬੋਲਿਓ ਜਿਤਨਾ ਮੈਂ ਚਾਹੁੰਦਾ। ਅਲਹਮਦੁਲਿਲਾ ਸਾਡਾ ਦਿਮਾਗ ਠੀਕ ਹੈ, ਅਸੀਂ ਕਿਵਲਾ ਮੁਸਲਮਾਨ ਹੈ। ਲਾ ਇਲਾਹਾ ਇਲਾ ਪੜ੍ਹਨ ਨਾਲ ਸ਼ਿਰਕ ਨਿਕਲ ਗਿਆ, ਮੁਹੰਮਦ ਰਸੂਲੁੱਲਾ ਪੜ੍ਹਨ ਨਾਲ ਕੁਫਰ ਨਿਕਲ ਗਿਆ, ਅਲੀ ਉਨ ਵਲੀ ਉੱਲਾ ਪੜ੍ਹਨ ਨਾਲ ਮੁਨਾਫਕਤ ਨਿਕਲ ਗਈ। ਸਾਰੇ ਬੋਲੋ ਹੈਦਰੀ। ਮੁਨਾਫਕਤ ਨਿਕਲ ਗਈ, ਮੋਮਿਨ ਬਣੋ ਸੇ ਮੁਸਲਮਾਨ ਬਣੋ ਸੇ ਸ਼ੀਆ ਬਣ ਗਏ। ਆ ਮੋਮਿਨ ਔਰ ਮੁਸਲਮਾਨ ਜੋ ਬਣ ਗਿਆ, ਕਿਆ ਚਾਹੁੰਦਾ ਕਿ ਅਗਰ ਜ਼ਿੰਦਗੀ ਇੱਜ਼ਤ ਨਾਲ ਗੁਜ਼ਰੇ ਤਾਂ ਜੋ ਕੁਰਾਨ ਆਖੇ ਮੰਨੇ, ਜੋ ਆਮਨਾ ਦਲਾਲ ਆਖੇ ਮੰਨੇ, ਜ਼ਿੰਦਗੀ 'ਚ ਘਾਟਾ ਆਵੇਸ ਤਾਂ ਮੈਂ ਪੂਰਾ ਕਰੇਸ। ਤੁਹਾਡੀ ਆਵਾਜ਼ ਨਹੀਂ ਆ ਰਹੀ। ਪਾਬੰਦ ਕੁਰਾਨ ਹੋਣਾ ਚਾਹੀਦਾ, ਪਾਬੰਦ ਰਸੂਲ ਹੋਣਾ ਚਾਹੀਦਾ। ਬੰਦੇ ਦਾ ਪਾਬੰਦ ਨਹੀਂ ਹੋਣਾ ਚਾਹੀਦਾ, ਜੋ ਕੁਰਾਨ ਆਖੇ ਮੰਨੋ ਜੋ ਰਸੂਲ ਆਖੇ। ਅੱਗੂ ਕਬਰ ਏ, ਅੱਗੂ ਹਸ਼ਰ ਏ, ਅੱਲਾਹ ਦੀ ਅਦਾਲਤ ਏ, ਮੁਸਤਫਾ ਦੀ ਅਦਾਲਤ ਏ। 5, 12, 14 ਦੇ ਸਾਹਮਣੇ ਸ਼ੀਆ ਸੁਣਿਓ, ਤੁਸੀਂ ਅਸੀਂ ਪੇਸ਼ ਥੀਵਣਾ ਕਿਹੜੇ ਕਿਹੜੇ ਸਰਦਾਰ ਕੋ ਮੁਤਮੈਨ ਕਰੇ ਸੁ। ਤੁਹਾਡੀ ਆਵਾਜ਼ ਨਹੀਂ ਆ ਰਹੀ। ਜ਼ੇਨ ਦੇ ਦਰੀਚੇ ਖੋਲ ਕੇ ਨੌਕਰ ਦੀ ਬਾਤ ਦਾ ਵਜ਼ਨ ਕਰੋ ਵੀ ਕਿਹੜੇ ਕਿਹੜੇ। ਅਗਰ ਮੁਸਤਫਾ ਪੁੱਛੇ ਤਾਂ ਕੀ ਆਖ, ਜੀ ਹਾਜੀ ਨਾਸਰ ਆਖਾ ਇੰਚ ਕਰੋ, ਹਾਜੀ ਨਾਸਰ ਤਾਂ ਕਬਰ 'ਚ ਕੋਨੀ। ਕਈ ਆਖ ਸਨ ਤਾਂ ਪੇਸ਼ ਨਮਾਜ਼ ਆਖੇ, ਇੰਝ ਨਹੀਂ, ਪੇਸ਼ ਨਮਾਜ਼ ਤਾਂ ਤਲਕੀਨ ਪੜ੍ਹ ਕੇ ਸੁੱਤ ਪਈ। ਕਈ ਆਖ ਸਨ ਤਾਂ ਸਵਾਣੀ ਮਰਾਗ ਅਤੇ ਬੀਵੀ, ਬੀਵੀ ਤਾਂ ਕਬਰ 'ਚ ਹੀ ਕੋਨਾ, ਇਕੱਲਾ ਆਪ ਹੈ। ਯਕੀਨ ਕਰੇ ਮੇਰੇ ਇੱਜ਼ਤ ਵਾਲੇ ਸ਼ੀਆ ਸੁਣੀ ਬਾਈ, ਉਹ ਨਾ ਕੋ ਨਾਨਕੇ ਘਾਰੇ ਸੁਮੁਸੀਆ, ਨਾ ਕੋ ਡਾਡਕੇ ਘਾਰੇ ਚੋਸੀਆ, ਕੱਲਾ ਆਪ ਹੋਸੇ, ਚਾਰ ਦੀਵਾਰਾਂ ਹੋਸੇ, ਮਣਾਂ ਦੇ ਮਣ ਮਿੱਟੀ ਦੇ ਤੱਲੇ ਹੋਸੇ। ਵਤ ਗੈਰਤ ਕਰ ਉਤਨੀ ਅਲੀ ਦੀ ਦੁਸ਼ਮਣੀ ਕਰ ਜਿਤਨੀ ਕਬਰ 'ਚ ਬਰਦਾਸ਼ਤ ਕਰ ਸਕਦਾ। ਸਾਰੇ ਬੋਲੋ ਹੈਦਰੀ। ਬਹੁਤ ਬਹੁਤ ਹੀ ਮੇਰ, ਇਤਨਾ ਤਾਂ ਮੈਂ ਚਾਹੁੰਦਾ ਜੋ ਰਸੂਲ ਆਖੇ ਮੰਨੋ, ਜੋ ਕੁਰਾਨ ਆਖੇ ਖਤਮ, ਬੇੜੇ ਪਵਾ। ਹਦੀਸ ਕੁਛ ਵੀ ਅੱਲਾ ਕੇ ਫਰਮਾਇਆ, ਕੁਨ ਤੋ ਕਨਜ਼ਨ ਮਖਫੀ ਅਨ ਫਾ ਅਬਬ ਤੋ ਅਨ ਉਰੇ ਫਾ ਫਾ ਖਲਕ ਤੋ ਖਲਕਨ। ਅੱਲਾਹ ਪੇ ਯਾਦ ਹੈ, ਮੈਂ ਇਰਾਦਾ ਕੀਤਾ ਹੈ ਮੈਂ ਜਹਾਨ ਪਹਿਚਾਨ ਹੋਵੇ, ਮੈਂ ਆਪਣੀ ਪਹਿਚਾਨ ਕਰਨ ਵਾਸਤੇ ਅੱਲਾਹ ਦੇ ਮੈਂ ਅਫਸਰ ਔਰ ਆਲਾ ਮਖਲੂਕ ਖਲਕ ਕੀਤੀ ਏ ਆਪਣੀ ਪਹਿਚਾਨ ਕਰਾਵਣ ਵਾਸਤੇ। ਜਗਾਏ ਜਗਾਏ ਜੀ ਦਰਸੋ ਜਗਾਏ, ਅੱਲਾਹ ਦੇ ਮੈਂ ਆਪਣੀ ਹਯਾਤੀ ਹੋਈ ਪਹਿਚਾਨ ਕਰਨ ਵਾਸਤੇ ਅਫਜ਼ਲ ਔਰ ਆਲਾ ਮਖਲੂਕ ਖਲਕ ਕੀਤੀ, ਅੱਲਾਹ ਦੇ ਮੈਂ ਕੀਤੀ। ਮੈਂ ਜ਼ਾਕਰੀ ਨਾ ਛੋੜ ਦੇਵਾਂ ਜਿਹੜਾ ਸਾਹ ਗਿਨੇ ਔਰ ਨੌਤਕੀ ਦਾ ਜੁਮਲਾ ਪਚਾਵੇ। ਯਕੀਨ ਕਰੇ ਅਹਿਮਦ ਮੁਖਤਾਰ ਤੇ ਨਿਗਾਹ ਪਈ ਹੈ ਮੇਰੇ ਅੱਲਾ ਦੀ, ਖਾਲਿਕ ਦੀ ਆਵਾਜ਼ ਆਈ, ਮੁਸਤਫਾ ਜੇ ਤੈ ਕੋ ਨਾ ਬਣਾਵਾਂ ਹਾਂ, ਨਾ ਜ਼ਮੀਨ ਬਣਾਵਾਂ ਹਾਂ, ਨਾ ਆਸਮਾਨ ਬਣਾਵਾਂ। ਨਹੀਂ ਤਾਂ ਆਵਾਜ਼, ਤੁਹਾਡੀ ਆਵਾਜ਼ ਨਹੀਂ ਆਈ, ਬੋਲੇ ਸੋ ਤਾਂ ਮੈਂ ਕੁਝ ਇਜ਼ੀ ਅਰਜ਼ ਕਰੇ ਸੋ। ਪੂਰੀ ਤਵੱਜੋ ਮੁਸਤਫਾ ਕੋ ਆ ਮਿਹਰਬਾਨੀ ਡਿੱਠਾ, ਮੇਰੇ ਅੱਲਾ ਨੇ ਫਰਮਾਇਆ ਸੋਹਣਾ ਜੇ ਤੈ ਕੋ ਨਾ ਬਣਾਵਾਂ, ਨਾ ਜ਼ਮੀਨ ਬਣਾਵਾਂ, ਨਾ ਆਸਮਾਨ ਬਣਾ। ਹੁਣ ਮੇਰੇ ਇਵੇਂ ਦਿਲ ਬਣ ਗਈ ਇਵੇਂ ਈਮਾਨ ਔਰ ਅਕੀਦੇ ਡਿੱਠੀ ਵਜਾ ਵੀ ਕਿਸ ਕਿਸ ਜ਼ਬਾਨ ਤੇ ਅਲੀ ਯੁਨ ਵਲੀ ਉੱਲਾ ਦੀ ਮੋਹਰ ਲੱਗੀ ਹੋਈ।
ਹੁਣ ਜੇ ਸਿਰ ਹਿਲਾਇਆ ਵਾ ਤਾਂ ਮੈਂ ਕੁਦ ਤੋਂ ਗੁਜ਼ਰਾ ਸੋਚਣਾ ਪੋਸੀ ਵੀ ਜਣੇ ਸਿਰ ਕਿਉਂ ਹਲਾਏ। ਮੇਰੇ ਇੱਜ਼ਤ ਵਾਲੇ ਸਾਮੀਨ, ਅੱਲਾ ਦੀ ਨਿਗਾਹ ਪਈ ਹੈ ਮੁਸਤਫਾ ਤੋਂ ਬਾਅਦ ਮੁਰਤਜ਼ਾ ਤੇ, ਦੇਖ ਕੇ ਪੈ ਫਰਮੈਨ ਮੁਰਤਜ਼ਾ ਮੈਂ ਕੋ ਆਪਣੀ ਇੱਜ਼ਤ ਦੀ ਕਸਮ ਹੈ ਜੇ ਤੈ ਕੋ ਨਾ ਬਣਾਵਾਂ ਨਾ ਮੁਸਤਫਾ ਬਣਾਵਾਂ ਹਾਂ ਨਾ ਅਰਸ਼ ਫਰਸ਼ ਬਣਾਵਾਂ। ਨਹੀਂ ਨਹੀਂ ਲੁਤਫ ਨਹੀਂ ਆਇਆ। ਹੁਣ ਜੁਮਲਾ ਐਸਾ ਐਸਾ ਜੁਮਲਾ ਨਾਸਰ ਨੋਤਕੀ ਆਖਣਾ ਚਾਹੁੰਦਾ, ਪੂਰੇ ਦਿਨ ਦੀ ਥਕਾਵਟ ਇਮਾਮ ਕੋਟ ਚੋਂ ਨਿਕਲ ਗਏ, ਦੁਸ਼ਮਣ ਅਲੀ ਦੇ ਘਰ ਨਾ ਜਾਵੇ ਤਾਂ ਮੈਂ ਜ਼ਾਕਰੀ ਵੀ ਛੋੜ ਦੇ ਸਾਂ। ਮੇਰੇ ਸ਼ੀਆ ਸੁਨੀ ਭਾਈਓ, ਨੰਬਰ 3 ਮੁਸਤਫਾ ਕੋ ਡਿਠਾ, ਵਾ ਸ਼ਾਜੀ ਮੁਰਤਜ਼ਾ ਕੋ ਡਿਠਾ, ਵਤ ਬਤੂਲ ਤੇ ਨਿਗਾਹ ਪਈ, ਖਾਲਕ ਦੀ ਆਵਾਜ਼ ਪਈ ਆਂਦੀ ਹੈ ਸੈਯਦਾ ਮੈਂ ਕੋ ਆਪਣੀ ਇੱਜ਼ਤ ਓ ਅਜ਼ਮਤ ਦੀ ਕਸਮ ਚਾ ਕੇ ਮੈਂ ਅੱਲਾਹ ਪੀ ਆਧਾ ਜੇ ਤੈ ਕੋ ਨਾ ਬਣਾਵਾ ਨਾ ਮੁਸਤਫਾ ਬਣਾਵਾ ਨਾ ਮੁਰਤਜ਼ਾ ਬਣਾਵਾ। ਬਾਵਾਜ਼ੇ ਬੁਲੰਦ ਸਲਵਾਤ ਵਰ ਮੁਹੰਮਦ ਵਾਲੇ ਮੁਹੰਮਦ, ਅੱਲਾ ਦਾ ਕਹਿਣ ਤੁਸੀਂ ਡਿਠੇ ਅੱਲਾ ਵੱਤ ਮੰਨੇ ਦੇ ਹੋ ਕਿਉਂ ਮੰਗ ਜੀ ਰਸੂਲ ਆਖੇ ਨਹੀਂ ਸਮਝ ਆਈ ਬਈ ਅੱਲਾ ਡਿੱਠਾ ਤਾਂ ਕਹਿ ਨਹੀਂ ਨਠੱਟੇ ਆਲਾ ਨਾ ਮੁਜ਼ੱਫਰਗੜ੍ਹ ਨਾ ਨੋਤਕ ਸ਼ਹਾਣੀਆਂ ਦਾ ਬੈਠੇ ਆ ਮੇਰਾ ਬਸ ਇਹਦਾ ਕੁਰਾਨ ਮੈਂ ਦੇਂਦਾ ਤੁਹਾ ਕੋਈ ਨਹੀਂ ਅੱਲਾ ਕੋ ਨਹੀਂ ਡਿੱਠਾ ਜਿਹਦੇ ਕੋਲ ਪੁੱਛਿਆ ਉਹਨਾਂ ਆਖ ਜੀ ਹੇ ਉਹ ਆਖ ਜੀ ਹੇ ਡਿੱਠੇ ਹੀ ਉਹ ਆਖ ਡਿੱਠਾ ਕੋ ਨਹੀਂ ਹੇ ਸਹੀ ਕਿਉਂ ਉਹ ਆਖ ਰਸੂਲ ਜੋ ਆਖ ਇਹ ਤਾਂ ਬਸ ਇਹ ਨਮਾਜ਼ ਕਿਉਂ ਪੜ੍ਹੀ ਉਹ ਆਖ ਜੰਨਤ ਵਾਸਤੇ ਰੋਜ਼ਾ ਕਿਉਂ ਰੱਖੇ ਉਹ ਆਖ ਜੰਨਤ ਵਾਸਤੇ ਜੰਨਤ ਇਹ ਕਿੱਥਾਂ ਡਿੱਠੀ ਉਹ ਆਖ ਨਹੀਂ ਲੰਮੇ ਉੱਬੇ ਮਸ਼ਰਕ ਮਗਰਬ ਸ਼ਮਾਲ ਜਨੂਬ ਅਰਸ਼ ਫਰਸ਼ ਕਿੱਥੇ ਉਹ ਆਖ ਜੀ ਪਤਾ ਤਾਂ ਕੋ ਨਹੀਂ ਹੇ ਸਹੀ ਜੋ ਰਸੂਲ ਆਖ ਹੇ ਤਾਂ ਬਸ ਇਹ ਸਮਝ ਆ ਰਹੀ ਮੇਰੀ ਇੱਜ਼ਤ ਵਾਲੇ ਸਾਹਿਬ ਜੰਨਤ ਉਹ ਜੀ ਹੈ ਜਹਨਮ ਉਹ ਜੀ ਹੈ ਕਿੱਥੇ ਉਹ ਪਤਾ ਨਹੀਂ ਡਿੱਟੀ ਉਹ ਕਿ ਨਹੀਂ ਕਿਉਂ ਉਹ ਕਿ ਰਸੂਲ ਆ ਕੇ ਤਾਂ ਬਸ ਇਹ ਹੁਣ ਜ਼ਰਾ ਪਿਛਲੇ ਜਗ੍ਹਾ ਸਾਰੇ ਜ਼ਿਹਨ ਦੇ ਦਰੀਚੇ ਖੋਲ ਕੇ ਨੌਕਰ ਦੀ ਬਾਤ ਦਾ ਵਜ਼ਨ ਕਰੋ ਜਿਬਰਾਇਲ ਟੱਟੇ ਮਿਲੇ ਹੀ ਉਹ ਆਖ ਨਹੀਂ ਅਹਿਮਦ ਬੁਸ਼ਿਆਲ ਉਹ ਆਖ ਨਹੀਂ ਲਗੇ ਵਜੋਂ ਇਸਲਾਮਾਬਾਦ ਤੱਕ ਜਿਹਦੇ ਕੋਲ ਪੁੱਛ ਉਹ ਆਖੇ ਡਿੱਠਾ ਤਾਂ ਕੋਨੇ ਹੇ ਸਹੀ ਜੋ ਰਸੂਲ ਆਖੇ। ਅੱਛਾ ਹੁਣ ਨਾਰਾਜ਼ ਨਾ ਥੀਵੇ ਫਰਿਸ਼ਤਾ ਇਵੇਂ ਸਾਹਮਣੇ ਆ ਗਏ ਤੂੰ ਨਾ ਚਾਹਣ ਪਾਉਂਦੇ ਕੌੜੀ ਨਾ ਵਜੇ ਇਜ਼ਰਾਈਲ ਉਹ ਆਖੇ ਜੀ ਇਜ਼ਰਾਈਲ ਸ਼ਾਹ ਜੀ ਹੇ ਉਹਨਾਂ ਆਖੇ ਜੀ ਡਿੱਠੇ ਉਹ ਆਖੇ ਡੇ ਖਾਂ ਤਾਂ ਤੈ ਕੋ ਲਾ ਤੇਰੇ ਨਾਲ ਉਹ ਤਾਂ ਹੀ ਕਾਵੇ ਤੋਂ ਬਤਾਉਣ ਲੱਗਦੇ ਲੜਕਾ ਪੈਂਦੇ ਤਾਂ ਰਿਵਾਰਡ ਤੋਂ ਪਤਾ ਲੱਗਦਾ ਵੀ ਹਿੱਕ ਆਏ ਇਜ਼ਰਾਈਲ ਉਹ ਆਖ ਜੀ ਹੇ ਸਹੀ ਡਿੱਠਾ ਕੋਨੀ ਹੇ ਉਹ ਆਖ ਜੀ ਹੇ ਖੈ ਆਖੇ ਉਹ ਆਖ ਰਸੂਲ ਆਖੇ ਹੁਣ ਮੈਂ ਚਿਹਰੇ ਪੜਸਾਂ ਚਿਹਰੇ ਚਿਹਰੇ ਤੋਂ ਪਤਾ ਲੱਗ ਪਿਆ ਸੀ ਮੌਸਮ ਕਿਵੇਂ ਹੈ ਮੇਰੇ ਇੱਜ਼ਤ ਵਾਲੇ ਸਾਮੀਨ ਸ਼ੀਆ ਸੁਨੀ ਭਾਈਓ ਮੁਸਤਫਾ ਗੈ ਬਾਖੇ ਤਾਂ ਨਬੀ ਦੀ ਮੰਨੇਂਦੇ 1,25,000 ਚ ਐਲਾਨ ਕਰੇ ਤਾਂ ਬੰਦਾ ਦੀ ਵਾਂਗ ਮੰਨੇਂਦੇ ਨਹੀਂ ਸਮਝ ਓਏ ਅਲੀ ਦਾ ਐਲਾਨ ਜੋ 1,25,000 ਬੰਦੇ ਸੀ ਉਹ ਕਿਉਂ ਨਹੀਂ ਮੰਨੇਂਦਾ ਅੱਲਾ ਨੇ ਵੀ ਡਿੱਠਾ ਤਾਂ ਮਨ ਗੈਬ ਮੰਨੇਂਦਾ ਹਾਜ਼ਰ ਨਹੀਂ ਮੰਨੇਂਦਾ ਅੱਛਾ ਹੁਣ ਟੱਟੇ ਸਿਆਲ ਦਾ ਬੰਦਾ ਜੋ ਪੁਲ ਦੇ ਉੱਤੇ ਖੜੋ ਕੇ ਆਖੇ ਇਹ ਕਿਹੜਾ ਪਿੰਡ ਹੈ ਜਾਂ ਕਿਹੜਾ ਸ਼ਹਿਰ ਹੈ ਜਾਂ ਕਿਹੜਾ ਇਲਾਕਾ ਹੈ ਤਾਂ ਅਰਮਾਨ ਤਾਂ ਲੱਗ ਸੀ ਵੀ ਤੇਰਾ ਜਮ ਜਾ ਇੱਥੋਂ ਪਾਲ ਪੱਲਾ ਇੱਥਾਂ ਤੇ ਕੋ ਇਹ ਪਤਾ ਹੀ ਕੋ ਨਹੀਂ ਇਹ ਕਿਹੜੀ ਜਾ ਹੈ ਤੂੰ ਕਿੱਥੋਂ ਮੈਂ ਇੱਥੋਂ ਤਾਂ ਅੱਛਾ ਮਤਲਬ ਮੇਰੇ ਜ਼ਿਹਨ 'ਚ ਕੋਨੇ ਜੀ ਹੋ ਗਿਆ ਕਿ ਮੈਂ ਇਸ ਵਾਸਤੇ ਮਿਸਾਲ ਲਿੱਤੀ ਹੈ ਜੋ ਮੇਰਾ ਵਕਤ ਬਚ ਜਾਏ ਮੇਰੇ ਇੱਜ਼ਤ ਵਾਲੇ ਸ਼ੀਆ ਸੁਨੀ ਭਾਈਓ ਯਕੀਨ ਕਰੇ ਮਾਤਮੀਓ ਯਕੀਨ ਕਰੇ ਜਦੋਂ ਪੰਤਨ ਪਾਕ ਚਾਦਰ ਤਲੇ ਆਏ ਜਿਬਰੀਲ ਪਿਆ ਪੁੱਛਦੇ ਮਾਲਿਕ ਕੌਣ ਕੌਣ ਬੈਠਾ ਸਮਝ ਆ ਰਹੀ ਜੀ ਗੁਜ਼ਾਰਿਸ਼ ਮੇਰਾ ਅੱਲਾਹ ਚਾਦਰ ਥੱਲੇ ਕੌਣ ਕੌਣ ਬੈਠ
मालिक की आवाज़ है जिब्राइल ते तू नहीं जानता है जो 75 चक्कर मजीने लेना हमें रोजाना तेनू ये पता को नहीं कौन कौन बैठे हूँ मेरे 100 तो लुत्फा सी खालिक तेरी इज्जत की कसम है वखरे वखरे बैठे हुए तो डाढ़ा पता लगता है पांच कट्ठे बैठे हुए तो नहीं पता लगता तुसी जीवो आजादार जीवन मातमी जीवन पढ़े लिखे आबाब जीवन शिया सुन्नी भाइयों पूरी तवज्जो अगर मजलिस दे उते मैं आवा पीर सफदर शाह साहब की मजलिस ते बैठक च मैं गया तो भाई आमिर रबानी बैठे मिलने आए क्योंकि मैं उस शेर से जलाल बन के पढ़ने मैं अपील की थी उन्होंने मेहरबानी की थी कदा कदा वत असई मन में ते कदी कदी विरास रही मन में दे बड़े इज्जत वाला घर द फर्द अल्लाह इसकी अम्मा और बाबे दे 14 दा सदका दर्जात बुलंद यकीन करें मेरे इज्जत वाले सामी अगर मैं ते मेरा वालिद मरहूम मौली गुलाम मसनूद तक की सामने बैठे की बैठे हूँ फिर सफदर शाह बुलाए मैं को मेरे वालिद नू कोई बंदा पूछे ठठे दा कौन कौन बैठे जी नासिर नूत की बैठे उन्होंने वालिद मौली गुलाम अब्बास बैठे जुमला गलत नहीं अच्छा न लग सी समझ नहीं जुमला अच्छा नहीं अच्छा है अच्छा न लग सी क्यों जब मेरा वालिद बैठे तो असूल दे खिलाफ गुफ्तगू करने का तरीका ठीक नहीं अंदाज ऐसा होना चाहिए मौली गुलाम अब्बास नूत की बैठे उस दा बेटा नासिर अब्बास नूत की कट्ठे बैठे पियो ते पुत्र इत्था पंज तन पाक बैठे मुस्तफा मरकजी किरदार है जिब्रील पिया पुछदे कौन कौन बैठे खालिक दी आवाज पे आंदी हम फातिमा अबूहा व बालुहा व बनूहा जिब्राइल एक जहरा बैठी है एक सैयदा द बाबा बैठे एक सैयदा द शौहर बैठे दू बचड़े बैठे हसनैन शरीफ हैं मालिक जना मरकजी किरदार मुस्तफा है बनाया सारा तो पहले मुस्तफा की भी तारो सैयदा तो पिया करें नहीं समझ आ रही जिन्हें जबान नहीं हल रही सही पूरी तो पढ़े लिखे बंदे जगह पालने वाला मुस्तफा पहले बनाई अव्वलो मा खलक अल्लाह नूरी वाह वाह बहुक में मुस्तफा नबी खुद पिया फरमाए अल्लाह ने सब तो पहले मैं मुस्तफा द नूर खल की ते हूँ मेरा दिल बन गया देखा किस किस जबान ते विलायत अली दी पक्की स्टैम और मोहर लगी हुई है वद नबी पिया फरमाए अनाव अलीयुन में नूर इन वाहिद मैं ते मेरा सोना भिरा अली असदुएं एक नूर जुएं वतामना दलाल पे फरमाएंदे याद रखे साकु मने सारी तशरी और तहकीक न करे अस पहले आसमान ते कठे रहे हैं सतवें ते कठे अर्श ते कठे काबा का हुसैन ते कठे कुछ दिया वास्ते जुदा हो गया से वह सारी मुलाकात हो गई है कीवे मैं अब्दुल्ला दे घर आ गया माली अल्लाह दे घर आ गया बस आखिरी बात खत्म नोत की दबियान वाह वाह पालने वाला मुस्तफा दी नालैन द सदका जहान टुकुर पिया खांद बेशक बेशक जेड़े चुप कर गए हो कहंदी नालैन द सदका पे खांदे हो नबी दी जुत्ती द सदका हयाती हो भी जहान रिस टुकुर पिया खांद मुस्तफा दी नालैन द सदका पालने वाला कैसा इंट्रोडक्शन है मुस्तफा विच बैठे मुर्तजा बैठे पहले देखो जी पहले अल्लाह अल्लाह तो बाद मुस्तफा मुस्तफा तो बाद मुर्तजा असें ई में पढ़े ला इलाहा इल्लल्लाह पहले अल्लाह मुहम्मदुर रसूलुल्लाह मत मुस्तफा अलीयुन वलीयुल्लाह मत मुर्तजा नहीं समझ आ रही तरतीब भी है पहले अल्लाह मुस्तफा मुर्तजा पालने वाला मुस्तफा तो बाद बैठे मुर्तजा नबी ते अली तो बाद दू बचड़े बैठे बतूल दे हसनैन बैठे शरीफैन बैठे शबीर और शबर बैठे पालने वाला उन्ना तू तारो उन्हां दे बाबे तो उन्हां दे नाने तो तारो मस्तूर तो कराई हूं फातिमा तो अबू हावा बालू हावा बनुआ खालिक दी आवाज पे आंदी है याद रखे मैं जन्नत बनाई है इन 14 वास्ते वाह वाह
ਇੱਥਾਂ ਹੀ ਮਹਿਕੂਏ ਮੈਂ ਕਹਿ ਕੇ ਉਹ ਜੇ ਸਾਡੇ ਲਫਜ਼ ਹੁੰਦੇ ਨਾ ਉਹ ਸਾਕੂਆ ਤੂੰ ਯਕੀਨ ਥੀ ਵੈਂਦੇ ਵੀ ਇੱਥਾਂ ਇਹ ਸਿਰ ਹਲੇ ਸਨ ਉਹ ਜੇ ਤਜ਼ਾਕੂ ਯਕੀਨ ਹੁੰਦੇ ਤਾਂ ਉਦਾਂ ਹੀ ਕਾਬੂ ਥੀ ਵੈਂਦੇ ਇਵੇਂ ਨਹੀਂ ਮੇਰਾ ਸਹੀ ਤੂੰ ਇਤਨਾ ਬੋਲੋ ਜਿਵੇਂ ਰੂਹ ਤਾਂ ਆ ਕੇ ਪੜ੍ਹਨ ਤੇ ਸ਼ੀਏ ਸੁਣੀ ਬਾਈਓ ਅੱਲਾਹ ਦੇ ਜੰਨਤ ਬਣਾਈਏ 14 ਵਾਸਤੇ ਸਰਦਾਰੀ ਮੈਂ ਦਿੱਤੀ ਹੈ ਇਹਨਾਂ 14 ਚੋਂ ਹਸਨੈਨ ਕੋ ਹਸਨੈਨ ਸਰਦਾਰ ਹਸਨੈਨ ਦਾ ਬਾਬਾ ਇਹਨਾਂ ਦੋਹਾਂ ਦਾ ਸਰਦਾਰ ਇਹਨਾਂ ਦਾ ਨਾਨਾ ਇਹਨਾਂ ਸਾਰਿਆਂ ਦਾ ਸਰਦਾਰ ਮੈਂ ਜੰਨਤ ਬਣਾਈਏ ਇਹਨਾਂ 5, 12, 14 ਵਾਸਤੇ ਔਰ ਇਹਨਾਂ ਦੇ ਮੰਨਣ ਵਾਸਤੇ ਔਰ ਜਿਹੜੇ ਇਹਨਾਂ ਕੋ ਅਕੀਦੇ ਨਾਲ ਮੰਨੇ ਉਹਨਾਂ ਵਾਸਤੇ ਅੱਲਾਹ ਦੇ ਮੈਂ ਜੰਨਤ ਬਣਾਈਏ ਇਸ ਵਾਸਤੇ ਖਾਲਿਕ ਪਿਆ ਦੇ ਮੈਂ ਬਰੈਕਟ ਦਿੱਤੀ ਹੈ ਮਤਾ ਕਿਆਮਤ ਵਾਲੇ ਦਿਨ ਕੋਈ ਬੰਦੇ ਆਵੇ ਤੇ ਆਖਣ ਰਾਹ ਦਿਓ ਮੈਂ ਮੁਸਤਫਾ ਦਾ ਰਿਸ਼ਤੇਦਾਰ ਹਾਂ ਮੈਂ ਜਹੰਨਤ ਨਬੀ ਦੇ ਰਿਸ਼ਤੇਦਾਰਾਂ ਵਾਸਤੇ ਜੰਨਤ ਨਹੀਂ ਬਣਾਈ ਬਤੂਲ ਦੇ ਰਿਸ਼ਤੇਦਾਰ ਵਾਸਤੇ ਅੱਲਾਹ ਦੇ ਮੈਂ ਜੰਨਤ ਤਰੇ ਚੀਜ਼ਾਂ ਜ਼ਿੰਦਗੀ ਵਿੱਚ ਨਹੀਂ ਛੋੜਨੀਆਂ ਮੇਰੀ ਅਰਜ਼ ਤਰੇ ਚੀਜ਼ਾਂ ਜ਼ਿੰਦਗੀ ਵਿੱਚ ਨਾ ਛੁੜੇ ਮੇਰਾ ਹੁਕਮ ਹੈ ਨਮਾਜ਼ ਕਿਸੇ ਸੂਰਤ ਵਿੱਚ ਨਹੀਂ ਛੋੜਨੀ ਕਦਾ ਹੀ ਨਹੀਂ ਛੋੜਨੀ ਉੱਠੀ ਕੇ ਪੜ੍ਹ ਨਹੀਂ ਪੜ੍ਹ ਸਕਦਾ ਖਾਲਿਕ ਆਦੇ ਅਲੀ ਕੁਝ ਮਨ ਨਹੀਂ ਬਹਿ ਕੇ ਚ ਪੜ੍ਹ ਗੋਰੇ ਰੁਕਦੇ ਨਹੀਂ ਬਹਿ ਕੇ ਕਰੀਮ ਅੱਲਾ ਨਾ ਬਹਿ ਸਕਦਾ ਖਾਲਿਕ ਦਰਵਾਜ਼ੇ ਇਹ ਲੇਟ ਕੇ ਪੜ੍ਹ ਕਰੀਮ ਅੱਲਾ ਔਕਤ ਨਾ ਮਾਲਿਕ ਆਕਾ ਇਸ਼ਾਰੇ ਤੂੰ ਕਰੇ ਨਾ ਵੰਜ ਕਬੂਲ ਮੈਂ ਕਰੇ ਨਾ ਪੜ੍ਹਨੀ ਪੁੱਛ ਅਲੀ ਯੁਨ ਵਲੀ ਉੱਲਾ ਨਾ ਛੋੜੀ ਮਤ ਕਹਿੰਦੇ ਵੱਲ ਵਿਲਾ ਕੇ ਜਾ ਕੇ ਛੋੜਨੇ ਮੈਂ ਨਾ ਛੋੜ ਇਮਾਮ ਹੁਸੈਨ ਦੀ ਆਜ਼ਾਦਾਰੀ ਔਰ ਮਾਤਮਦਾਰੀ ਨਾ ਛੋੜੇ ਸ਼ਾਮ ਖਾ ਗਈ ਅਲੀ ਦੀ ਸ਼ਾਮ ਖਾ ਗਈ ਹੈ ਜਾਫਰ ਤਿਆਰ ਦੀ ਇੱਜ਼ਤ ਵਾਲੀ ਬਿਸਮਿਲ੍ਲਾ ਜੈ ਹਾਇ ਨਾ ਕੀਤੀ ਦੁੱਖ ਲੱਗਸੀ ਇਮਾਮ ਹੁਸੈਨ ਦੀ ਇੱਜ਼ਤ ਉਜ਼ਮਤ ਦੀ ਕਸਮੇ ਅਰਮਾਨ ਗਿਣ ਕੇ ਵੈਸਣਾ ਤੁਹਾਡੇ ਡਰ ਕੋਲੋਂ ਪੜਨ ਵਾਲੇ ਜੁਮਲੇ ਤਬਦੀਲ ਕਰ ਦੇਣੇ ਰੱਸੀ ਇੱਕ ਵੀ ਮੀਆਂ ਬਾਰ ਇੱਕ ਬਾਂਧੀ ਆਈ 11 ਬਾਂਧੀਆਂ ਹਯਾਤੀਓਂ ਵੀ ਇੱਕ ਜੋ ਉੱਠੀ ਵਿਆ ਜ਼ਿੰਦਗੀਓਂ ਵੀ 11 ਉੱਠੇ ਹੁਣ ਰੋਣੇ ਹੋ ਹਾਕਮੀ ਬਿਸਮਿਲ੍ਲਾ ਇੱਕ ਬਾਵੇਂ ਆ 11 ਮਾਨੀਆਂ ਇੱਕ ਉੱਠੀ ਵੇ ਆ 11 ਮੈਂ 24 ਦਫਾ ਕਰਬਲਾ ਗਿਆ ਇਮਾਮ ਹੁਸੈਨ ਦੀ ਜ਼ਿਆਰਤ 33 ਦਫਾ ਮੈਂ ਈਰਾਨ ਗਿਆ 9 ਦਫਾ ਮੈਂ ਸ਼ਾਮ ਗਿਆ ਬੈਤੁੱਲਾ ਦਾ ਮੈਂ ਹਜ ਵਾਜਿਬ ਅਦਾ ਕੀਤਾ 2 ਮੈਂ ਉਮਰੇ ਕੀਤੇ ਕੁਰਾਨ ਗਿਨਾ ਮੈਂ ਤੈਨੂੰ ਮਸਜਿਦ ਵਿੱਚ ਅਲਮ ਤਲੇ ਨਿਆ ਨੈਨਾ ਖੁਦਾ ਦੀ ਕਸਮ ਹੈ ਮੂੰਹ ਮਾਰਨ ਅਲੀ ਸ਼ਰਮ ਆਵੇ ਨਾ ਸਰ ਜਿਕ ਕਰੇ ਮੈਨੂੰ ਨਾ ਦੇਖੀ ਜਿਹੜਾ ਨਹੀਂ ਰੋ ਸਕਦਾ ਗੁਰਬਤ ਤੇ ਬਤੂਲ ਦੀ ਔਲਾਦ ਤੇ ਸਰ ਨਹੀਂ ਮਾ ਕਰੇ ਗੁਨਾਹ ਦੀ ਮਾਫੀ ਮੈਂ ਅਪੀਲ ਕਰੇ ਸਮਾਨੀ ਮਜਲਿਸ ਸਦਰ ਸ਼ਾਹ ਸਾਹਿਬ ਜਿੱਥੇ ਮੈਂ ਉਮੀਦ ਰੱਖਦਾ ਕਿ ਮਿੰਬਰ ਤੇ ਤਸ਼ਰੀਫ ਗਿਨਾ ਹੋਏ ਕਿਉਂਕਿ ਵਾਰਿਸ ਤਾਂ ਹੋਣਾ ਜ਼ਰੂਰੀ ਮੁਝੇ ਫੋੜੀ ਵੀ ਛੁਆਈ ਹੈ ਤੇ ਜਿਹੜੀ ਸ਼ਾਮ ਵੀ ਛੁਆਈ ਬੈਠੀ ਜਿਹੜਾ ਤੁਹਾਡੇ ਦਰਮਿਆਨ ਰਾਤ ਬੈਠਾ ਰਹਿੰਦਾ ਕੀ ਆਖੀ ਇਮਾਮ ਆਜ਼ਾਦਾਰੀ ਕੋ ਆਜ਼ਾਦਾਰੀ ਸਮਝਾ ਫਕਤ ਆਜ਼ਾਦਾਰੀ ਕੋ ਆਜ਼ਾਦਾਰੀ ਸਮਝਾ
مقابلے نہیں آتے ذکر حسین، عقیدہ مضبوط رکھ وت رنگ دیکھ لگتے وت دیکھ مدینے والے کتنے بڑے لجپال سید ہیں، سادات غیر ہے سادات، رسی ہک آئی بی بی امارا عامر عباس ربانی تے میں کٹھے کربلا بھی گئے ہیں، جڑے ویلے کوفہ بندہ ونجے نا کوفہ امیر المومنین علیہ السلام دے سائیں جڑے گھر نا قبلہ وہ جنون حالت وچ موجود ہیں، اتھا بندہ پوچھے نہ کہ خدا مکلو یہ جڑے بار بار ظاہر آنے ہیں بھی دربار کوفہ کتے ہیں ادنے سامنے کان دے، اتھا بندہ بڑی تکلیف ہو وقت یاد آدھے عمر مصحب دا او جملہ جتے بندے ماتم کر دیں اتھائی چوک اتا خسرہ بدلو میری پیکی گلی یا راہ بدلو میری پیکی گلی یا سادات غیر سادات یقین کرائیں ماتمیوں، اچھا ایک ضعیفہ عورت ہے 75 تو 80 سال اس دی عمر حیاتی ہوئی عمر، ایک گڈڑی ہانال سوٹی دے سہارے تے ٹر دیے دھکا لگدا ہے ود پیچھے ہٹان دی ود شو دی کوشش کرن دی ود دھکا لگدا ہے ود پیچھے عورتاں دا رش بڑا، دو ترے گھنٹہ تو بعد ایک عورت نے کیا دی ضعیفہ کدے میں نہیں ادھی اجڑیاں 12 بیبیاں رسی وچ نہیں کھڑیاں یار ہائے نہ کر سکتے ہائے چکر اجڑیاں 12 بیبیاں ایک رسی کھڑوتی ہیں، ہاں انہاں کو من کے ملنے نہیں رخ تے دا اڑے نہیں اڑے، ادھی اجڑی ضعیفہ نہیں کھڑی ضعیفہ، میں اس کو ملسان جو ایک انہاں دے نال آئیے بسم اللہ حوصلے نال حوصلے نال اللہ تھوڑے بچے دی زندگی دے جو انہاں دے نال آئی، اچھا ہمیں سب کے بڑے حوصلے نال سن باڑو غربت سعادات اور دکھائے جو علی دیاں دھیاں تے ظلم کس انداز آدھے ہو ضعیف عورت آدھی ہے اس دے نام تو پتہ ہی نہیں ذات نہیں جاننی نہیں پہلے ملاقات نہیں کیوں مل گئی جنہ نام دے نہیں پتہ، ایک عورت نے کیا دیا تے کہ میں ہوں ضعیفہ دا نام دسا ہون مرد دے ہو تا مر جو ٹھٹھیا لے آؤں ہون میں عامر عباس روایت نہ لکا سکدا تیری جوانی دی قسم میں نہ سونا، اے عورت نے کیا دی بی بی او جیڑی پہلے نمبر تے مستور نہیں کھڑی، ہاں یہ 2-4 منٹ پہلے اس گلے والی رسی اپنی ڈھیلی کر کے سدائی کفزس سدائی کفزس بسم اللہ بسم اللہ سدائی سنو فیزس میں رستہ بنا دے میں تو تیرا احسان ہو سو راہ بن گئی ہیں ضعیف احسان یہ گڑڑی آلے ہاتھ آئی نہ کھبا سوٹی رکھی اس کھبے آتے انہوں نے میرے دیکھی جڑا ہوں تک نہیں ہوں مان سجاد بتے تیرا کیا دی بی بی میرا سلام ہوئی فضا دی آواز پیاں دی مائی میرا سلام اے ضعیفہ دی ناراض تھی بی بی جو تیری میری ملاقات پہلی ہے اللہ دنائی ناراض نہ تھی وے رسا جڑیاں 12 بیبیاں ہی کے رسید کھڑو تیاں کیا آئین آج کوئی غازی دی بین ہے جی میں جو
چوتھے نمبر تے پیر سبزار دواری ڈاری رونی کھڑی آئیں حقن مار گیا دی ضعیفہ غازی دی بھیڑ میں شرم آوے نہ مارو جڑا عبادت سمجھے دے وا تو دا حق بن دے ماتم تے مہن کر کے روویں اے عورت سامنے آو کھڑی ہر ڈیک سے کہاں جا سی اے عورت سامنے آو کھڑی رکھیاں دی آواز پیاں دی بیبیاں چٹا دیا کیوں چوک اچ میں دنا چاہیں عورت دی آواز پیاں دی میں نو عام نہ سمجھے میں او تو جدگر حسین وکیل آخری رات مہمان آئی سی لگیا لیا جڑے مسلم دا نام رسی گلے والی ٹوٹ گئی کھڑیا دیے کلا یا جوڑی نا بسم اللہ یہ ہن رونا ماتمیاں دا حکیم بن دے زندگیاں وی ہن جویں ہنے او او جوان او بو دل جیندے نا شل گئے دکھ درد غم چاہے تک نہ کرو نوکر دی دعا اینے اس ویلے توانے کے آدھی بیمی کھیڈ سا کے پوچھنا چاہنی ہے رکیا دی آواز پیا دی مائی مینوں چھوٹے دا حال سنا ہائے نہ کر سکتے میں نو چھوٹے دا حال سنا کیویں ودی نبدی اس تو آدھی گیارہ سا آدھ رات دھلیے تریے میرے ویڑے ہیں تینا چھوٹا بجڑا پیوں دے گوہت بنے دا آدھ بابا بسم اللہ بسم اللہ حوصلے حوصلے نال میں نے بیٹا حوصلے نال بہن دیر جی دے رہو مجلس دی زینت آزادار جڑے بیٹھے مومن جتھا بیٹھے ہوئے جے رونا ہوندا ہے ہر رونا رات ہے آ چھوٹی اولاد آ لے آو پنجویں دفعہ جڑے ہاتھ بدے اس میں سر تو چادر لائیے میں قدماں تے رکھ کے آکھے شہزادا میں جو تیری کنیزا مینوں نسا کیوں رونا ہے ہوں پتھر دل تج قابو کر میں او عزت والی غازی دی بھیڑ تیرے بچڑے میرے اگو ہاتھ بدیا اگر مار گیا تو بسم اللہ یہ تا کربلا نہیں بن گئی روحانیت نے سہنی ہے جو وارث آ گئے آخری جملہ ختم اپنے بھائیوں پر حوالے کر ہوں مسلم دی دی گھوتی حمیدہ خاتون اے رسی گلے والی انج رونی انج ربانی جی میں ٹوٹ گئی رسی ٹوٹ گئی رو رو کے کھڑیاں دی تو یار ہائے تے کر چھوڑ ہائے کر چھوڑے روونیاں دے سونا جان بندے ہائے کر تو اجی چٹا دیا ضلع حج دی نو آئی چٹا دیا میرا بابا جو تہاڈے شہر مارے چھڑا وڑا لے کتنے اس ویلے دو آدھی بی بی گیا نسا حج دی نو آئی چٹا دیا دو مزلہ مکانا
تیرے پیو نو چھت لے گئے ایک حرامی زلفا چ ہاتھ رکھا بے تلوار ماری میرو لکھے پانچ منٹ دے بعد لاش زمین تے آئی ہے بی بی گجار پائی نائی ایک دے ہاتھ چ رسی آئی انہ مسلم دے پیر چ رسی پاتی ہے بسم اللہ سید جو ہو بسم اللہ حیاتی ہو حیاتی ہو آخری جملہ ختم دیکھو میں نصری بندہ اختر اتنے میں مہمان کیتے تک ادا نہیں اے تو پتر دل بزرگ دی ذاکری دی عاشق ہو ایک جملہ تو نے مزاج دا پڑھا چاہیے قافلہ ٹر پیا مسلم دیاں دھیوں دی نگاہ پئی ہے پیو دے سر آخر اولاد آئی سجاد دوڑیاں تے رو رو کے پیا دے نظر اٹو کربلا نہیں بن گئی امام حسین دی آخری نماز نماز چکر امام حسین دی آخری نماز دی قسم میں کچھ آمد نہیں کر رہا میں ڈرتا کھڑو تھا اے آخری وین اوت کی پڑھ سکی میں حیاتی ہوئے جوان ادادار سن سکی میں بچیاں دی آواز پیان دی بعد مدت دے اگر تو موڈ ہوئے آج نوتی کو سنن تے تو میرا روح آج پڑھن تے اگر بولے سو تا تاں بند پڑھ سو جی میں آج کوئی 31 سال پہلے میں ابتدائی ذاکرین بھائی جان بند پڑھتا ہے ہوں میں پڑھا چا بولو پڑھا چا آج مرد ہو تا مرد آج نوت کی پڑھتا ہے او تیری جوانی دی قسمیں جناب سجاد عامر سر دے تلے آکھ جو امام اتا دیکھے آ مسلم دی آنکھاں بند ونجنا سجاد دی آواز پیان دی چا جوان ناراض مسلم دی آواز پیان دی میں ناراض تا نا ایک گل دا ہنے جواب نے کیا کیوں گن Come on.